ਪ੍ਰਭਜੋਤ ਸਿੰਘ ਜੀ ਮੇਰਾ ਨਾਮ ਪਿੰਡ ਘੱਗਾ ਤੇ ਮੈਂ ਸਹਾਇਕ ਪ੍ਰੋਫੈਸਰ ਹਾਂ ਜੀ ਖਾਲਸਾ ਕਾਲਜ ਅਨੰਦਪੁਰ ਸਾਹਿਬ ਇਹ ਜਿਹੜੀਆਂ 31 ਕਿਸਾਨ ਜਥੇਬੰਦੀਆਂ ਦਾ ਜਿਹੜਾ ਮੋਰਚਾ ਦਿੱਲੀ ਲੱਗਿਆ ਹੋਇਆ ਉਹਨਾਂ ਵੱਲੋਂ ਅੱਜ ਸੂਬਾ ਪੱਧਰ ਦੇ ਉੱਤੇ ਸੂਬਾ ਪੱਧਰੀ ਕਾਲ ਸੀਗੀ ਪਿੰਡ ਪਿੰਡ ਅਰਥੀਆਂ ਫੂਕਣ ਦੀ ਉਹ ਸੱਦੇ ਦੇ ਤਹਿਤ ਅੱਜ ਕੇਂਦਰ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਾਲੇ ਕਾਨੂੰਨ ਜਿਹੜੇ ਵਾਪਸ ਲਏ ਜਾਣ ਔਰ ਨਾਲ ਨਾਲ ਜਿਹੜਾ ਹੈਗਾ ਜਿੰਨਾ ਚਿਰ ਤੱਕ ਉਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਕੇਂਦਰ ਦੇ ਕਿਸੇ ਵੀ ਰੋਡ ਪ੍ਰੋਜੈਕਟ ਨੂੰ ਪੰਜਾਬ ਦੇ ਵਿੱਚੋਂ 1 ਇੰਚ ਵੀ ਜ਼ਮੀਨ ਆ ਜਿਹੜੀ ਉਹ ਨਹੀਂ ਦਿੱਤੀ ਜਾਊਗੀ ਜਗਤਾਰ ਸਿੰਘ ਬਰਾਹ ਜੀ ਅੱਜ ਇਹੀ ਬੁੜਦਾ ਫੂਕਿਆ ਜੀ ਸਾਡੇ ਜੋ ਕਿਸਾਨ ਜਥੇਬੰਦੀਆਂ ਦਿੱਲੀ 'ਚ ਬੈਠੀਆਂ ਨੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਸੀ ਵੀ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇਹਨਾਂ ਹਕੂਮਤ ਸਰਕਾਰਾਂ ਦੇ ਪੁਤਲੇ ਫੂਕੇ ਜਾਣਾ ਸੀ ਉਹਨਾਂ ਦੀ ਜ਼ਬਾਨ ਤੇ ਫੁੱਲ ਚੜਾਉਣ ਆਏ ਆ ਅਸੀਂ ਉਹਨਾਂ ਦਾ ਪੁਤਲਾ ਫੂਕਿਆ ਜੀ ਦਿੱਲੀ ਬਾਰੇ ਕੀ ਕਹਿਣਾ ਚਾਹੁੰਦੇ ਜੀ ਦਿੱਲੀ ਦੀ ਸਰਕਾਰ ਬੜਾ ਤਾਨਾਸ਼ਾਹੀ ਰਵੱਈਆ ਜੀ ਉਹਦਾ ਉਹ ਆਪਣੇ ਟਸ ਤੋਂ ਮਸ ਨਹੀਂ ਹੋ ਰਹੀ ਪਰ ਸਾਡੇ ਜਿਹੜੇ ਜੂਜਵਾਨ ਜੋਧੇ ਬੈਠੇ ਨੇ ਉਹ ਉਹਨੂੰ ਪਿੱਛੇ ਮੋੜ ਕੇ ਹੀ ਮੁੜਨਗੇ ਉਂਝ ਨਹੀਂ ਆਉਣਗੇ ਵਾਪਸ ਇਹ ਸਾਡੀ ਜਿਹੜੀ ਰੋਡ ਰਿਪੇਅਰ ਕਰ ਰਹੇ ਆ ਵੀ ਉਹਨਾਂ ਤਿੰਨ ਕਾਲੇ ਕਾਨੂੰਨਾਂ ਦਾ ਹੀ ਇੱਕ ਹਿੱਸਾ ਹੈ ਪਰ ਅਸੀਂ ਸਾਰੀ ਕਮਾ ਇਹਨਾਂ ਨੇ ਪਿੰਡਾਂ ਵਾਲਿਆਂ ਨੇ ਫੈਸਲਾ ਕੀਤਾ ਹੈ ਜਿੰਨਾ ਚਿਰ ਉਹ ਤਿੰਨ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਇਹ ਪ੍ਰੋਜੈਕਟ ਦਾ ਨਾਮ ਹੀ ਨਹੀਂ ਲੈਣ ਦਿਆਂਗੇ ਇੱਥੇ ਕਿਸੇ ਨੂੰ ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।